ਪ੍ਰੋਗਰਾਮ ਪਟਿਆਲਾ ਦਰਪਣ ਵੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਵਿੱਚ ਰੁਪਿੰਦਰ ਢਿੱਲੋਂ ਵੱਲੋਂ ਨਿੱਘਾ ਸਵਾਗਤ। ਦੋਸਤੋ, ਸਿਆਣੇ ਕਹਿੰਦੇ ਨੇ ਕਿ ਹਰ ਇੱਕ ਮਨੁੱਖ ਨੂੰ ਕੁਦਰਤ ਨੇ ਕਿਸੇ ਨਾ ਕਿਸੇ ਗੁਣ, ਕਿਸੇ ਨਾ ਕਿਸੇ ਪ੍ਰਤਿਭਾ ਤੇ ਕਲਾ ਦੇ ਨਾਲ ਨਿਵਾਜਿਆ ਹੁੰਦਾ ਹੈ। ਜੇਕਰ ਇਨਸਾਨ ਸਹੀ ਸਮੇਂ ਆਪਣੇ ਇਸ ਗੁਣ, ਇਸ ਕਲਾ ਤੇ ਆਪਣੀ ਪ੍ਰਤਿਭਾ ਨੂੰ ਪਛਾਣ ਕੇ, ਨਿਖਾਰ ਕੇ ਦੁਨੀਆ ਦੇ ਸਾਹਮਣੇ ਲੈ ਕੇ ਆਵੇ ਤਾਂ ਇਹੀ ਕਲਾ, ਗੁਣ ਤੇ ਪ੍ਰਤਿਭਾ ਉਹਨਾਂ ਦੀ ਸਮਾਜ ਵਿੱਚ ਇੱਕ ਵੱਖਰੀ ਪਛਾਣ ਸਥਾਪਿਤ ਕਰਦੇ ਨੇ। ਵੱਖ ਵੱਖ ਖੇਤਰ ਨਾਲ ਸੰਬੰਧਿਤ ਕਲਾਕਾਰਾਂ ਨੂੰ ਅਸੀਂ ਸਮੇਂ ਸਮੇਂ ਸਿਰ ਤੁਹਾਡੇ ਰੂਬਰੂ ਕਰਾਉਂਦੇ ਰਹਿੰਦੇ ਹਾਂ। ਅੱਜ ਇਸ ਪ੍ਰੋਗਰਾਮ ਦੇ ਜ਼ਰੀਏ ਅਸੀਂ ਇਹੋ ਜਿਹੇ ਇੱਕ ਕਲਾਕਾਰ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ ਜਿਹੜੇ ਕਾਫੀ ਲੰਮੇ ਸਮੇਂ ਤੋਂ ਪੈਨਸਲ ਚਿੱਤਰਕਾਰੀ ਦੇ ਨਾਲ ਜੁੜੇ ਹੋਏ ਨੇ। ਬਹੁਤ ਸਾਰੀਆਂ ਪ੍ਰਦਰਸ਼ਨੀਆਂ ਉਹਨਾਂ ਦੇ ਬਣਾਏ ਪੋਰਟਰੇਟਾਂ ਦੇ ਨਾਲ ਆਯੋਜਿਤ ਕੀਤੀਆਂ ਜਾ ਚੁੱਕੀਆਂ ਨੇ। ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਉਹਨਾਂ ਨੂੰ ਮਾਣ ਸਨਮਾਨ ਮਿਲ ਚੁੱਕਿਆ ਹੈ। ਮੇਰੀ ਮੁਰਾਦ ਹੈ ਸਰਦਾਰ ਹਰਬੰਸ ਸਿੰਘ ਢਿੱਲੋਂ ਹੋਰਾਂ ਜੀ ਤੋਂ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਨੇ। ਆਓ ਅਸੀਂ ਉਹਨਾਂ ਦੀ ਜ਼ਿੰਦਗੀ ਬਾਰੇ, ਉਹਨਾਂ ਦੀ ਕਲਾ ਬਾਰੇ ਤੇ ਹੋਰ ਉਹਨਾਂ ਦੇ ਜੀਵਨ ਨਾਲ ਜੁੜੇ ਪਹਿਲੂਆਂ ਬਾਰੇ ਤੁਹਾਡੀ ਸਾਂਝ ਪਾਉਂਦੇ ਹਾਂ। ਪ੍ਰੋਗਰਾਮ ਵਿੱਚ ਹਰਬੰਸ ਸਿੰਘ ਢਿੱਲੋਂ ਜੀ, ਤੁਹਾਡਾ ਹਾਰਦਿਕ ਸਵਾਗਤ ਹੈ ਜੀ। ਜਿਵੇਂ ਕਿ ਅਸੀਂ ਗੱਲ ਕਰੀਏ ਤੁਹਾਡੀ ਕਲਾ ਬਾਰੇ, ਤੇ ਆਮ ਕਰਕੇ ਸਾਡੀ ਸਧਾਰਨ ਜੀ ਜਾਣਕਾਰੀ ਦੇ ਵਿੱਚ ਪੇਂਟਿੰਗ ਨਾਂ ਦਾ ਸ਼ਬਦ ਸੁਣਨ ਨੂੰ ਆਉਂਦਾ ਹੈ। ਹਾਲਾਂਕਿ ਪੇਂਟਿੰਗ ਤੋਂ ਇਲਾਵਾ ਬਹੁਤ ਸਾਰੀਆਂ ਸ਼ਾਖਾਵਾਂ ਨੇ ਚਿੱਤਰਕਲਾ ਦੀਆਂ ਜਿਹੜੀਆਂ ਕਿ ਇੱਕ ਤੁਸੀਂ ਵੀ ਕਰਦੇ ਹੋ, ਤੇ ਸਾਨੂੰ ਦੱਸੋ ਕਿ ਜਿਹੜੀ ਪੈਨਸਿਲ ਚਿੱਤਰਕਾਰੀ ਆ ਜਿਸ ਦੇ ਨਾਲ ਤੁਸੀਂ ਕਾਫੀ ਲੰਮੇ ਸਮੇਂ ਤੋਂ ਜੁੜੇ ਹੋਏ ਹੋ, ਆਮ ਪੇਂਟਿੰਗ ਤੋਂ ਕਿਵੇਂ ਵੱਖਰਤਾ ਰੱਖਦੀ ਹੈ? ਇਹ ਗੱਲ ਇਹ ਹੈ ਕਿ ਪੈਨਸਿਲ ਚਿੱਤਰਕਾਰੀ ਹੈ ਤਾਂ ਵੱਖਰੀ, ਪੇਂਟਿੰਗ ਨਾਲ ਬਹੁਤ ਲੋਕ ਜੁੜੇ ਹੋਏ ਨੇ। ਅਤੇ ਮੇਰੀ ਏਜ, ਮੈਂ 74 ਹੋ ਗਿਆ, ਅਤੇ ਮੈਂ ਪੈਨਸਲ ਦਾ ਕੰਮ, ਸਕੈਚਿੰਗ ਤਾਂ ਦੇਖੀ ਹੈ, ਬਹੁਤ ਉੱਥੋਂ ਕਰਦੇ ਨੇ, ਪਰ ਜਿਹੜੀ ਪੇਂਟਿੰਗ ਹੈ, ਸ਼ੇਡ ਦਾ ਕੰਮ, ਉਹ ਮੈਂ ਨਹੀਂ ਕਿਸੇ ਆਰਟਿਸਟ ਦਾ ਦੇਖਿਆ ਹੈਗਾ। ਅਤੇ ਸ਼ੌਕ ਮੈਨੂੰ ਸ਼ੁਰੂ ਤੋਂ ਪਾਇਆ ਹੋਇਆ। ਜਿਹੜੀ ਪੈਨਸਲ ਦਾ ਕੰਮ ਹੈ, ਮਿਹਨਤ ਬਹੁਤ ਭਾਲਦਾ। ਤੁਸੀਂ ਇਹ ਸੋਚੋ, ਬਾਲ ਬਣਾਉਣੇ ਨੇ, ਬਾਲਾਂ ਦੇ ਉੱਤੇ ਤਿੱਖੀ ਪੈਨਸਲ ਨਾਲ ਪਤਾ ਨਹੀਂ ਕਿੰਨੇ ਵਾਰੀ, ਲੱਖਾਂ ਵਾਰੀ ਉਹ ਪੈਨਸਲ ਫਿਰਦੀ ਹੋਵੇ ਤਾਂ ਉਹ ਵਾਲਾਂ ਦੀ ਸ਼ੇਪ ਬਣਦੀ ਹੈ। ਅਤੇ ਪੇਂਟਿੰਗ ਦੇ ਜਦੋਂ ਆਪਾਂ ਕਰਦੇ ਹਾਂ ਤਾਂ ਇੱਕ ਬੁਰਸ਼ ਪੇ ਰਿਹਾ, ਕਾਲਾ ਬੁਰਸ਼ ਪੇ ਰਿਹਾ, ਉਹਦੇ ਉੱਤੇ ਵਾਈਟ ਦਾ ਲਾਈਨ ਲੱਗ ਕੇ ਪੇਂਟਿੰਗ ਦਾ ਕੰਮ ਛੇਤੀ ਮੁੜ ਜਾਏ। ਨਹੀਂ ਉਹ ਜੇ ਖਰਾਬੀ ਆਇਆ ਤਾਂ ਉੱਥੇ ਵਾਈਟ ਫਿਰੋ, ਫਿਰ ਦੁਬਾਰਾ ਕਰ ਲਓ, ਪਰ ਪੈਨਸਲ ਦਾ ਉਹਨੂੰ ਬਿਲਕੁਲ ਬਚਾ ਕੇ ਕਰਨਾ ਪੈਂਦਾ। ਰਾਊਂਡ ਫਿਰਦਾ, ਇੱਕ ਵਾਰੀ ਫਿਰਾਂਗੇ, ਦੋ ਵਾਰੀ ਫਿਰਾਂ ਤਾਂ ਖਰਾਬ ਹੋ ਜਾਂਦਾ ਪੇਪਰ, ਇਸ ਕਰਕੇ ਪੈਨਸਲ ਉਹਦੇ ਨਾਲ ਸ਼ੇਡ ਨਾਲ ਬਹੁਤ ਪੇਂਟਿੰਗ ਨਾਲ ਉਹ ਇੱਕ ਤਰ੍ਹਾਂ ਨਾਲ ਸਬਰ ਜਿਹੜਾ ਹੈ ਉਹ ਇਸ ਕਲਾ ਦੇ ਨਾਲ, ਇਹਦੇ ਵਿੱਚ ਸਬਰ ਬਹੁਤ, ਸਬਰ ਦੀ ਲੋੜ ਹੈ ਨਾ ਕਿ ਕਾਲੀ ਦੀ, ਜੇ ਕਾਲੀ ਕਰਦੇ ਆ ਫਿਰ ਹੀ ਨਹੀਂ ਕੁਛ ਬਣਦਾ। ਕਾਫੀ ਬਰੀਕੀ ਦੇ ਨਾਲ ਇੱਕ ਪੋਰਟਰੇਟ ਆ ਜਿਹੜਾ ਤਿਆਰ ਹੁੰਦਾ ਹੈ। ਤੇ ਕਿੰਨੇ ਸਮੇਂ ਤੋਂ ਤੁਸੀਂ ਇਸ ਕਲਾ ਦੇ ਨਾਲ ਜੁੜੇ ਹੋਏ? ਦੇਖੋ, ਇਹ ਤਾਂ ਮੇਰੀ ਵੀ ਨਹੀਂ ਯਾਦ, ਮੈਂ ਕਦੋਂ ਤੋਂ ਇਹ ਕਲਾ ਮੇਰੇ ਮਨ 'ਚ ਵਸੀ ਹੋਈ ਹੈ, ਪਰ ਮੇਰੇ ਯਾਦ ਹੈ ਵੀ ਜਦੋਂ ਮੈਂ ਸੁਰ ਸੰਭਾਲੀ ਹੈ, ਮੈਂ ਉਦੋਂ ਤੋਂ ਹੀ ਪੈਨਸਲ ਮੇਰੇ ਹੱਥ ਵਿੱਚ ਹੈ। ਛੋਟੇ ਹੁੰਦੇ ਸਕੂਲ ਵਿੱਚ ਪੜ੍ਹਦਿਆਂ, ਤੀਜੀ ਚੌਥੀ ਪੜ੍ਹਦਿਆਂ ਹੀ ਮੈਂ ਪੈਨਸਲ ਨਾਲ ਕੁਛ ਚਿਹਰੇ ਬਣਾਈ ਜਾਂਦਾ। ਮੇਰਾ ਜਾਂ ਸ਼ੌਕ ਜ਼ਿਆਦਾ ਚਿਹਰੇ ਕਿਸੇ ਪੋਰਟਰੇਟ ਫੇਸ ਟੂ ਫੇਸ ਬਣਾਉਂਦਾ ਹੈਗਾ, ਅਤੇ ਮੈਂ ਬਣਾਈ ਜਾਂਦਾ ਉਸ ਤਰ੍ਹਾਂ। ਅਤੇ ਫਿਰ ਮੈਨੂੰ, ਮੈਂ ਦੇਖਿਆ ਸਾਡੇ 27 ਦਾ ਮੈਂ ਜਿਹੜਾ ਹੋਇਆ ਉਦੋਂ ਮੈਂ ਦੇਖਿਆ ਚੀਜ਼, ਅਤੇ ਮੈਨੂੰ ਇਹ ਮੌਕਾ ਮਿਲਿਆ। ਸਾਡੇ ਘਰ ਦੇ ਨੇੜੇ ਇੱਕ ਮੌਕ ਖੜਾ, ਬਹੁਤ ਚੌਂਕ ਦੇ ਵਿੱਚ ਇਕੱਠ ਹੋਇਆ ਸੀ ਬਹੁਤ, ਮੈਂ ਵੀ ਉੱਥੇ ਛੋਟੇ ਜਿਹੇ ਬੱਚੇ ਚਲੇ ਜਾਂਦੇ ਦੇਖਣ ਚਲਿਆ ਗਿਆ, ਅਤੇ ਭੀੜੇ ਵਿੱਚ ਮੈਂ ਵੀ ਦੇਖਿਆ, ਅਤੇ ਉੱਥੇ ਇੱਕ ਲੜਕੀ, ਬੜੀ ਖੂਬਸੂਰਤ ਲੜਕੀ ਖੜੀ ਘੇਰੀ ਹੋਈ ਉਹਨਾਂ ਨੇ, ਅਤੇ ਉਹ ਲੜਕੀ ਨਾਲ ਉਹ ਬਹੁਤ ਕੁਛ ਕਰ ਰਹੇ, ਭੱਦਾ ਗੱਲਾਂ ਕੁਛ ਕਰ ਰਹੇ ਸੀ, ਜਾਂ ਉਹਨੂੰ ਕੋਈ ਮਾਰ ਨੂੰ ਕਹਿੰਦਾ ਸੀ, ਕੋਈ ਕੁਛ ਕਰਦਾ ਸੀ, ਅਤੇ ਉਹ ਲੜਕੀ ਦੀਆਂ ਅੱਖਾਂ ਵਿੱਚ ਦੇਖਿਆ, ਜਿਹੜਾ ਕੁਛ ਉਹ ਅੱਖਾਂ ਵਿੱਚ ਦੇਖਿਆ, ਉਹ ਅੱਖਾਂ ਮੇਰੇ ਮਨ 'ਤੇ ਵਸ ਗਈਆਂ ਜੀ। ਮੈਂ ਉਹ ਅੱਖਾਂ ਜਦੋਂ ਮੈਂ, ਹੋ ਵੀ ਮੈਨੂੰ ਜਦੋਂ ਅੱਖਾਂ ਯਾਦ ਆਉਂਦੀਆਂ ਨੇ ਤਾਂ ਮੈਂ ਤਰਕ ਪੈਂਦਾ ਵੀ ਇਹ ਕਿ ਉਹ ਮੈਂ ਅੱਖਾਂ, ਫਿਰ ਮੈਂ ਫਿਲਮਾਂ ਦੇਖੀਆਂ, ਫਿਲਮਾਂ ਦੇ ਵਿੱਚੋਂ ਮੈਨੂੰ ਜਿਹੜੀ ਕਿ ਹੁਣ ਫਿਲਮਾਂ ਦਾ ਅਤੇ ਉਹਦਾ ਫਰਕ ਸੀ। ਉਸ ਤੋਂ ਇਵੇਂ ਫਿਲਮਾਂ ਦੇ ਵਿੱਚ ਟ੍ਰੈਜਡੀ ਜ਼ਿਆਦਾ ਹੁੰਦੀ ਸੀ, ਸੀਰੀਅਸ ਜਾਂ ਕੋਈ ਸੋਹਣੀਆਂ ਸਟੋਰੀਜ਼ ਹੁੰਦੀ ਸੀ, ਉਹਦੇ ਵਿੱਚ ਜਦੋਂ ਮੈਂ ਕੋਈ ਦੇਖਣਾ ਹੀਰੋਇਨ ਦੇ ਨਾਲ ਜਾਂ ਕੁਛ ਇਸ ਤਰ੍ਹਾਂ ਦਾ ਵਾਪਰਦਾ ਤਾਂ ਮੈਨੂੰ ਫਿਲਮ ਦੇ ਉੱਤੇ ਮੈਂ ਉਹਨੂੰ ਭਾਵੁਕ ਹੋ ਕੇ ਦੇਖਦਾ। ਆ ਕੇ ਮੈਂ ਛੋਟਾ ਹੁੰਦਾ ਵੀ ਮੇਰੇ ਮਨ 'ਚ 3-4 ਦਿਨ ਉਹਦੀ ਉਹ ਫੇਸ ਫਿਰੀ ਜਾਂਦਾ, ਅੱਖਾਂ ਫਿਰੀ ਜਾਂਦੀਆਂ ਵੀ ਉਹਨੇ ਐਂ ਜਾਂ ਐਂ ਨਾ ਹੁੰਦਾ, ਇਸ ਤਰ੍ਹਾਂ ਹੋ ਜਾਂਦਾ। ਫਿਰ ਮੈਂ ਉਹਨੂੰ ਅੱਖਾਂ ਨੂੰ ਚਿੱਤਰਨ ਲੱਗਿਆ, ਮੈਂ ਅੱਖਾਂ ਬਣਾਵਾਂ। ਫਿਰ ਮੈਂ ਇੱਕ ਹੀਰੋਇਨ ਸੀ ਮਧੂਵਾਲਾ ਜੀ, ਮਧੂਵਾਲਾ ਦੇ ਵਿੱਚ ਮੈਂ ਉਹ ਲੜਕੀ ਵਾਲਾ ਉਹਦੀਆਂ ਅੱਖਾਂ ਵਿੱਚ ਉਹ ਦੇਖਿਆ, ਅਤੇ ਫਿਰ ਮੈਂ ਮਧੂਵਾਲਾ ਦਾ ਚਿੱਤਰ ਬਣਾਉਣ ਲੱਗਿਆ, ਅਤੇ ਉਸ ਤੋਂ ਚਿੱਤਰ ਬਣਾਉਣ ਵਾਲਾ ਇਸ ਤਰ੍ਹਾਂ ਹੀ ਹੈ। ਮੇਰਾ ਕੋਈ ਬਸ ਉਹ ਵਾਹਿਗੁਰੂ ਮੇਰਾ ਗੁਰੂ ਹੈ, ਉਸ ਤੋਂ ਹੀ ਮੈਂ ਆਪਣੇ ਆਪ 'ਤੇ ਸਿੱਖਿਆ, ਮੈਨੂੰ ਕਿਸੇ ਨੇ ਗਾਈਡ ਨਹੀਂ ਕੀਤਾ। ਉਸ ਟਾਈਮ ਮੈਂ ਸਾਡੇ ਸਕੂਲ ਵਿੱਚ ਵੀ ਮੈਂ ਇੱਕ ਦੂਜੇ ਵੀ ਚਿੱਤਰ ਟੀਚਰ ਨੂੰ ਦਿਖਾਇਆ, ਡਰਾਇੰਗ ਟੀਚਰ ਨੂੰ, ਪਰ ਉਹ ਹੀ ਕਹਿੰਦੇ ਵੀ ਪੜ੍ਹਿਆ ਗਾ, ਇਹ ਕੀ ਕੰਮ ਹੈ, ਅਤੇ ਘਰਦੇ ਵੀ ਗਾਲਾਂ ਕੱਢਦੇ ਸੀ ਵੀ ਤੂੰ ਪੜ੍ਹਦਾ ਨਹੀਂ ਆ, ਕਿੱਥੇ ਚੋਰ ਵੀ ਬੈਠ ਜਾਣਾ ਕੋਠੇ 'ਤੇ ਜਾ ਕੇ ਲੁੱਕ ਕੇ, ਉੱਥੇ ਪੜ੍ਹਨ ਦਾ ਮਨ ਕਰ ਉੱਥੇ ਚਿੱਤਰ ਬਣਾਈ ਜਾਣੇ ਜੀ। ਅਤੇ ਮੈਂ ਆਪਣੀ ਜੋਬ ਦੇ ਵਿੱਚ ਵੀ, ਮੈਂ ਬਿਜਲੀ ਬੋਰਡ ਦੇ ਵਿੱਚ ਕੰਮ ਕੀਤਾ ਜੀ, ਅਤੇ ਉੱਥੇ ਵੀ ਮੈਂ ਚਿੱਤਰਕਲਾ ਆਪਣੀ ਛੱਡੀ ਨਹੀਂ ਹੈਗੀ, ਕੰਮ ਵੀ ਵਧੀਆ ਕੀਤਾ ਇਮਾਨਦਾਰੀ ਨਾਲ, ਅਤੇ ਸੰਡੇ ਮੈਨੂੰ ਮਸਾਂ ਹੀ ਆਉਣਾ ਸੀ ਵੀ ਮੈਂ ਬਣਾਵਾਂ ਕੁਛ,
ਚਿਸਤਰੀ ਮੈਂ ਜੁੜਿਆ ਹੋਇਆ ਉਸ ਤੋਂ ਇੱਕ ਤਰ੍ਹਾਂ ਨਾਲ ਇੱਕ ਜੂਨੀਅਰ ਆਰਟਿਸਟ ਤੁਹਾਡੇ ਅੰਦਰ ਅੰਗੜਾਈਆਂ ਲੈ ਰਿਹਾ ਸੀ ਬਚਪਨ ਦੇ ਵਿੱਚ ਹਾਂ ਕੁਛ ਇਸ ਤਰ੍ਹਾਂ ਸੀ ਤੇ ਪੇਸ਼ੇ ਵਜੋਂ ਤੁਸੀਂ ਬਿਜਲੀ ਬੋਰਡ ਦੇ ਵਿੱਚ ਕਲੈਰੀਕਲ ਲਾਈਨ ਦੇ ਵਿੱਚ ਸੀ ਜੀ ਮੈਂ ਸਰਕਲ ਅਸਿਸਟੈਂਟ ਰਿਟਾਇਰ ਹੋਇਆ 95 ਦੇ ਵਿੱਚ ਜੀ ਮੈਂ 74 ਕਲੀਅਰ ਕਰ ਗਿਆ ਹੂੰ ਪੂਰੇ ਜੀ ਇਸ ਦੇ ਦੌਰਾਨ ਤੁਹਾਨੂੰ ਕਦੋਂ ਅੰਦਰਲਾ ਜਿਹੜਾ ਕਲਾਕਾਰ ਸੀ ਉਹ ਪਛਾਣ ਵਿੱਚ ਆਇਆ ਤੁਹਾਨੂੰ ਲੱਗਿਆ ਕਿ ਮੈਂ ਇਸ ਕਲਾ ਨੂੰ ਅੱਗੇ ਲੈ ਕੇ ਜਾਣਾ ਹੈ ਮੈਂ ਇਸ ਕਲਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਵਸਾਉਣਾ ਆ ਇਹਦੇ ਵਿੱਚ ਕੁਛ ਕਰਨਾ ਆ ਉਹ ਕਿਹੜਾ ਸਮਾਂ ਸੀ ਸਮਾਂ ਤਾਂ ਸਮਝ ਲਓ ਬਚਪਨ ਤੱਕ ਜਵਾਨੀ ਆਈ ਜਵਾਨੀ ਦੇ ਵਿੱਚ ਵੀ ਮੈਨੂੰ ਇਹ ਲੱਗਿਆ ਵੀ ਮੈਂ ਕੁਛ ਬਣਾਵਾਂ ਚੰਗਾ ਬਣਾਵਾਂ ਜੀ ਅਤੇ ਮੈਨੂੰ ਜਿਹੜੀ ਚੀਜ਼ ਚੰਗੀ ਲੱਗਦੀ ਫੋਟੋਆਂ ਚੰਗੀਆਂ ਲੱਗਦੀਆਂ ਹੁੰਦੀਆਂ ਮੈਂ ਜ਼ਿਆਦਾ ਅੱਖਾਂ 'ਤੇ ਤਾਰ 'ਤੇ ਮੈਨੂੰ ਉਹ ਚੰਗੀਆਂ ਲੱਗਦੀਆਂ ਜਿਹੜੀਆਂ ਅੱਖਾਂ ਬੋਲਦੀਆਂ ਨੇ ਮੇਰੀਆਂ ਤਸਵੀਰਾਂ ਵਿੱਚ ਵੀ ਲੋਕ ਗੱਲਾਂ ਕਰਦੇ ਨੇ ਜੇ ਤੁਸੀਂ ਬਣਾਉਂਦੇ ਹੋ ਤਾਂ ਤੁਹਾਡੀ ਤਸਵੀਰਾਂ ਵਿੱਚ ਅੱਖਾਂ ਬੋਲਦੀਆਂ ਨੇ ਅਤੇ ਮੈਂ ਉਹੀ ਚੀਜ਼ ਮੁਕਤ ਕੀ ਮੈਂ ਜਿਹੜੀ ਚੀਜ਼ ਫੇਸ ਬਹੁਤ ਵਧੀਆ ਹੋਵੇ ਉਹਦੇ ਵਿੱਚ ਭਾਵ ਕੋਈ ਭਾਵਨਾ ਹੋਵੇ ਫੇਸ 'ਤੇ ਕੋਈ ਗੱਲ ਕਹਿੰਦਾ ਹੋਵੇ ਉਹ ਮੈਂ ਤਸਵੀਰਾਂ ਨੂੰ ਚੁਣਿਆ ਉਹਨਾਂ ਨੂੰ ਮੈਂ ਬਣਾਉਂਦਾ ਅਤੇ ਬਣਾਉਣਾ ਪਹਿਲਾਂ ਮੈਨੂੰ ਆਪਦੀ ਇਸ ਤਰ੍ਹਾਂ ਲੱਗਦਾ ਮੈਨੂੰ ਮੇਰੀ ਰੂਹ ਨੂੰ ਖੁਸ਼ੀ ਹੁੰਦੀ ਹੈ ਬਣਾ ਕੇ ਜਦੋਂ ਮੈਨੂੰ ਆਪਦਾ ਆਪ ਮੈਨੂੰ ਸੈਟਿਸਫੈਕਸ਼ਨ ਹੋ ਜਾਂਦੀ ਹੈ ਫਿਰ ਮੈਂ ਉਹਨੂੰ ਲੋਕਾਂ ਦੇ ਰੂਬਰੂ ਕਰਦਾ ਜਿਵੇਂ ਤੁਸੀਂ ਅੱਖਾਂ ਦਾ ਜ਼ਿਕਰ ਕੀਤਾ ਮੈਨੂੰ ਲੱਗਦਾ ਕਿ ਇੱਕ ਚਿੱਤਰਕਾਰ ਦੇ ਲਈ ਅਜਿਹੀਆਂ ਅੱਖਾਂ ਦਾ ਹੋਣਾ ਜ਼ਰੂਰੀ ਹੈ ਜਿਹੜੀਆਂ ਕਿ ਭਾਵਾਂ ਨੂੰ ਸਮਝਣ ਅਤੇ ਬਰੀਕੀ ਦੇ ਨਾਲ ਅੱਖਾਂ ਦੇ ਜਿਹੜੇ ਭਾਵ ਨੇ ਉਹ ਆਪਣੇ ਹੱਥਾਂ ਰਾਹੀਂ ਜਿਹੜੇ ਇੱਕ ਕਾਗਜ਼ 'ਤੇ ਕੈਨਵਸ 'ਤੇ ਚਿੱਤਰਨ ਦੇ ਕਾਬਲ ਹੋ ਸਕਣ ਤੋਂ ਬਹੁਤ ਸਾਰੀਆਂ ਜਿਹੜੀਆਂ ਤੁਹਾਡੀਆਂ ਪੋਰਟਰੇਟ ਨੇ ਉਹਨਾਂ ਦੇ ਵਿੱਚੋਂ ਸਾਨੂੰ ਵੇਖਣ ਨੂੰ ਮਿਲਦਾ ਹੈ ਕਿ ਅੱਖਾਂ ਰਾਹੀਂ ਜਿਹੜੇ ਭਾਵ ਨੇ ਉਹ ਪ੍ਰਗਟ ਹੋ ਰਹੇ ਨੇ ਵੈਸੇ ਵੀ ਕਹਿੰਦੇ ਨੇ ਕਿ ਅੱਖਾਂ ਨੇ ਜਿਹੜੀਆਂ ਮਨ ਦੀਆਂ ਮੁਖਬਰ ਹੁੰਦੀਆਂ ਨੇ ਜੀ ਜੀ ਇਸ ਤੋਂ ਬਾਅਦ ਤੁਹਾਡਾ ਜਿਹੜਾ ਸ਼ੌਕ ਸੀ ਉਹ ਤੁਹਾਡਾ ਇੱਕ ਜਨੂਨ ਬਣ ਗਿਆ ਅਤੇ ਹੁਣ ਤੱਕ ਤੁਸੀਂ ਕਿੰਨੇ ਕੁ ਪੋਰਟਰੇਟ ਬਣਾ ਚੁੱਕੇ ਹੋ ਅਤੇ ਕਿਹੜੇ ਕਿਹੜੇ ਖੇਤਰਾਂ ਨਾਲ ਸੰਬੰਧਿਤ ਹਸਤੀਆਂ ਦੇ ਵਿਅਕਤੀਆਂ ਦੇ ਪੋਰਟਰੇਟ ਤੁਸੀਂ ਬਣਾਏ ਨੇ ਜੇ ਸੋਚਾਂ ਮੈਂ ਮੇਰੇ ਖਿਆਲ ਹੈ 1000 ਦੇ ਕਰੀਬ ਫੋਟੋ ਮੈਂ ਬਣਾ ਚੁੱਕਿਆ ਜਦ ਮੈਂ ਸੰਭਾਲੀਆਂ ਨਹੀਂ ਮੈਨੂੰ ਇਹ ਸੀ ਪੈਨਸਲ ਨੂੰ ਕੌਣ ਪਸੰਦ ਕਰਦਾ ਮੈਂ ਆਪਦਾ ਸ਼ੌਕ ਪੂਰਾ ਕਰ ਲੈਂਦਾ ਸੀ ਮੈਨੂੰ ਸ਼ੌਕ ਸੀ ਮੈਂ ਫੋਟੋ ਬਣਾਉਣਾ ਮੈਨੂੰ ਸੈਲੀਬ੍ਰੇਸ਼ਨ ਦੀ ਫੋਟੋ ਬਹੁਤ ਸੋਹਣੀ ਆਈ ਹੈ ਅਤੇ ਮੈਨੂੰ ਕੋਈ ਆਉਂਦਾ ਰਿਸ਼ਤੇਦਾਰ ਆਉਂਦਾ ਜਾਂ ਕੋਈ ਦੋਸਤ ਆਉਂਦਾ ਅਲੱਗ ਦੀ ਫੋਟੋ ਬਹੁਤ ਸੋਹਣੀ ਲੱਗਦੀ ਹੈ ਅਤੇ ਮੈਂ ਲੈ ਜਾ ਤੂੰ ਲੈ ਜਾ ਮੇਰੀਆਂ ਫੋਟੋਆਂ ਬਹੁਤ ਕੈਨੇਡਾ ਅਮੈਰੀਕਾ ਅਤੇ ਬਹੁਤ ਗਈਆਂ ਨੇ ਇੱਕ ਵਾਰ ਮੈਂ ਫੋਟੋ ਬਣਾਈ ਮਧੂਵਾਲਾ ਦੀ ਫੋਟੋ ਬਣੀ ਅਤੇ ਮੈਂ ਫਰੇਮ ਕਰਕੇ ਆਪਦੇ ਡਰਾਇੰਗ ਰੂਮ 'ਚ ਲਾ ਦਿੱਤੀ ਹੈ ਜੀ ਸਾਡੇ ਇੱਕ ਜਾਣ ਪਛਾਣ ਵਾਲੇ ਸੀ ਉਹਨਾਂ ਦੇ ਇੰਗਲੈਂਡ ਤੋਂ ਕੋਈ ਆਏ ਹੋਏ ਸੀ ਰਿਸ਼ਤੇਦਾਰ ਉਹਨਾਂ ਉਹ ਆ ਕੇ ਦੇਖਣ ਅਤੇ ਮੈਂ ਉਹ ਫੋਟੋ ਮੈਨੂੰ ਬਹੁਤ ਪਿਆਰੀ ਲੱਗੀ ਬੜੀ ਮੇਰੇ ਧਰਮ ਲਈ ਬੜੀ ਸੋਹਣੀ ਸੀ ਫੋਟੋ ਅਤੇ ਉਹ ਬੱਚੇ ਉਹਨਾਂ ਦੇ ਸੀ ਉਹ ਕਹਿੰਦੇ ਸਾਨੂੰ ਆਹ ਫੋਟੋ ਚੰਗੀ ਲੱਗਦੀ ਹੈ ਬਣਾ ਦਿਉ ਮੈਂ ਉਹਨੂੰ ਕਿਹਾ ਮੈਂ ਬਣਾ ਦੂੰਗਾ ਉਹ ਜਿਹਨਾਂ ਦੇ ਨਾਲ ਆਏ ਸੀ ਉਹ ਕਹਿੰਦੇ ਬਣਾਉਣ ਨੂੰ ਕੀ ਹੈ ਉਤਾਰ ਲਓ ਬਸ ਅਤੇ ਉਹਨਾਂ ਨੇ ਉਤਾਰ ਲਈ ਫੋਟੋ ਉਹ ਅਤੇ ਮੈਨੂੰ ਪਤਾ ਹੈ ਮੈਨੂੰ ਨਾ ਜਿਸ ਤਰ੍ਹਾਂ ਇੰਨਾ ਫੀਲ ਹੋਇਆ ਕਿ ਬਹੁਤ ਕੀਮਤੀ ਚੀਜ਼ ਮੇਰੇ ਕੋਲ ਖੁਸੀ ਜਾ ਰਹੀ ਹੈ ਪਰ ਲੈ ਜਾਂਦੇ ਸੀ ਲੋਕਾਂ ਨੇ ਸੰਭਾਲੀਆਂ ਇਹ ਪਤਾ ਨਹੀਂ ਸੰਭਾਲੀਆਂ ਨਹੀਂ ਸੰਭਾਲੀਆਂ ਕਿਉਂਕਿ ਮੈਨੂੰ ਪਤਾ ਲੱਗਿਆ ਲੋਕ ਕਈ ਉਹ ਮੈਨੂੰ ਦੱਸ ਦਿੰਦੇ ਨੇ ਵੀ ਤੁਸੀਂ ਫੋਟੋ ਕਿਸੇ ਨੂੰ ਦੇਣੀ ਨਹੀਂ ਕਿਉਂਕਿ ਜੇ ਆਪਾਂ ਮੁਫਤ ਕਿਸੇ ਨੂੰ ਚੀਜ਼ ਦਿੰਦੇ ਹਾਂ ਅਤੇ ਉਹ ਕਦਰ ਨਹੀਂ ਕਰਦਾ ਉਹ ਤੋਂ ਬਾਅਦ ਡਰਾਇੰਗ ਰੂਮ 'ਚ ਰਹਿੰਦੀ ਹੈ ਜਦੋਂ ਮਾੜਾ ਜਿਹਾ ਰੰਗ ਅਗਲਾ ਕਹਿੰਦੇ ਬਹੁਤ ਦੇਰ ਹੋ ਗਈ ਲੱਗੀ ਹੁਣ ਇੱਥੇ ਚੇਂਜ ਕਰੋ ਇਹ ਚੀਜ਼ ਚੱਲਦੀ ਹੈ ਪਰ ਉਹ ਇਹ ਨਹੀਂ ਚਾਹੁੰਦਾ ਵੀ ਇਹਦੀ ਮਿਹਨਤ ਕਿੰਨੀ ਹੋਈ ਹੈ ਕਿਸ ਤਰ੍ਹਾਂ ਬਣਾਈ ਹੈ ਕਿਸ ਤਰ੍ਹਾਂ ਕਿਹੜੇ ਭਾਵਨਾ ਦਿੱਤੀ ਹੈ ਇਹ ਲੋਕ ਨਹੀਂ ਸਮਝਦੇ ਹੈਗੇ ਬਿਲਕੁਲ ਹਾਂਜੀ ਅਤੇ ਇਹੀ ਚੀਜ਼ਾਂ ਮੈਂ ਤਾਂ ਹੁਣ ਇਹ ਰੱਖਿਆ ਵੀ ਮੈਂ 2003 ਤੋਂ ਮੈਂ ਫੋਟੋਆਂ ਸਾਂਭਣ ਲੱਗਿਆ ਮੈਨੂੰ ਸਾਡੇ ਇੱਕ ਐਸ ਡੀ ਐਮ ਆਏ ਸੀ ਉਹਨਾਂ ਨੇ ਦੱਸਿਆ ਵੀ ਤੁਸੀਂ ਫੋਟੋਆਂ ਸਾਂਭੀਆਂ ਕਿਉਂ ਨਹੀਂ ਇੰਨਾ ਵਧੀਆ ਕਰ ਦਿਓ ਉਹ ਤੋਂ ਬਾਅਦ ਮੈਂ ਫੋਟੋ ਕਿਸੇ ਨੂੰ ਨਹੀਂ ਦਿੱਤੀ ਆਪਣੀਆਂ ਫੋਟੋ ਮੇਰੇ ਕੋਲ 300 ਕਲੈਕਸ਼ਨ ਹੈਗੀ ਮੇਰੇ ਪਾਸ ਜੀ 300 ਕਲੈਕਸ਼ਨ ਤੁਸੀਂ ਉਦੋਂ ਤੋਂ 2003 ਹੁਣ ਤੱਕ ਇਸ ਕਲੈਕਸ਼ਨ ਦੀ ਕਿੰਨੀਆਂ ਕੁ ਪ੍ਰਦਰਸ਼ਨੀਆਂ ਤੁਸੀਂ ਕਿਹੜੀ ਕਿਹੜੀ ਜਗ੍ਹਾ 'ਤੇ ਲਾ ਚੁੱਕੇ ਹੋ ਪਹਿਲਾਂ ਮੈਂ ਪ੍ਰਦਰਸ਼ਨੀ ਲਈ ਇੱਥੇ ਭਾਸ਼ਾ ਬਾਗ ਪਟਿਆਲਾ ਲਵਾਈ ਉਹਨਾਂ ਨੇ ਅਤੇ ਉਦੋਂ ਮੈਨੂੰ ਇੰਨਾ ਚੰਗਾ ਇੱਥੇ ਰਿਸਪੋਂਸ ਮਿਲਿਆ ਬਹੁਤ ਯੂਨੀਵਰਸਿਟੀ ਦੇ ਚੰਗੇ ਲੈਕਚਰ ਵਗੈਰਾ ਆਏ ਸੀ ਬਹੁਤ ਚੰਗਾ ਉਹਨਾਂ ਨੇ ਅਤੇ ਮੈਨੂੰ ਉਦੋਂ ਸ਼ਾਹ ਮਿਲਿਆ ਉਹ ਤੋਂ ਬਾਅਦ ਮੈਂ ਸੰਗਰੂਰ ਲਵਾਈ ਸੰਗਰੂਰ ਭਾਸ਼ਾ ਵਿਭਾਗ ਵੱਲੋਂ ਅਤੇ ਫਿਰ ਮੈਂ ਲੁਧਿਆਣੇ ਲਾਈ ਪੰਜਾਬੀ ਭਵਨ ਦੇ ਵਿੱਚ ਉੱਥੇ ਬਹੁਤ ਘੱਟ ਸੀ ਬਹੁਤ ਉੱਥੇ ਆਏ ਧੂਰੀ ਮੈਂ ਕਈ ਸੰਸਥਾ ਦੇ ਵਿੱਚ ਲਵਾਈਆਂ ਜਿਵੇਂ ਕਿ ਪੈਨਸ਼ਨਰਸ ਐਸੋਸੀਏਸ਼ਨ ਵਗੈਰਾ ਹੋਰ ਸਕੂਲਾਂ ਨੇ ਤਕਰੀਬਨ ਸਾਰੇ ਧੂਰੀਆਂ ਲਵਾਈਆਂ ਬੱਚਿਆਂ ਨੂੰ ਸਾਡੇ ਨੂੰ ਦੱਸੋ ਬੱਚੇ ਇਹ ਪੁੱਛਦੇ ਮੈਂ ਦੱਸਦਾ ਉਹਨਾਂ ਨੂੰ ਉਹ ਤੋਂ ਬਾਅਦ ਮੈਂ ਉਹ ਲਾਈ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਮੇਲਾ ਬਠਿੰਡਾ ਉਹਨਾਂ ਨੂੰ ਮੈਨੂੰ ਉਹਨਾਂ ਨੂੰ ਪਤਾ ਨਹੀਂ ਕਿੱਥੋਂ ਪਤਾ ਲੱਗਿਆ ਮੈਂ ਨਹੀਂ ਉਹਨਾਂ ਨੂੰ ਕੰਟੈਕਟ ਕੀਤਾ ਥੋੜ੍ਹਾ ਮਿੰਟ ਫੋਨ ਆਇਆ ਵੀ ਅਸੀਂ ਤੁਹਾਡੀ ਪ੍ਰੋਫੈਸਨ ਲਵਾਉਣਾ ਚਾਹੁੰਦੇ ਹਾਂ ਅਤੇ ਮੈਂ ਕਿਹਾ ਮੈਨੂੰ ਆਉਣਾ ਜਾਣਾ ਥੋੜ੍ਹਾ ਜਿਹਾ ਮੁਸ਼ਕਲ ਹੈ ਇਸ ਏਜ ਦੇ ਵਿੱਚ ਉਹ ਕਹਿੰਦੇ ਜੀ ਅਰੇਂਜ ਕਰਾਂਗੇ ਵੀ 2 ਦਿਨ ਲਾ ਜਾਓ ਅਸੀਂ ਜ਼ਿਆਦਾ ਨਹੀਂ ਅਤੇ ਮੈਂ ਉੱਥੇ ਗਿਆ ਜੀ ਪ੍ਰੋਫੈਸਨ ਲਈ ਉਹਨਾਂ ਨੇ ਉੱਥੇ ਮੈਨੂੰ ਇੰਨਾ ਰਿਸਪੋਂਸ ਮਿਲਿਆ ਕਿ ਮੈਂ ਹੈਰਾਨ ਰਹਿ ਗਿਆ ਇੰਨਾ ਬਠਿੰਡੇ ਦੇ ਲੋਕ ਉੱਥੇ ਦੇਖਣ ਆਏ ਯੂਥ ਇੰਨੀ ਸੀ ਕਾਲਜਸ ਵਗੈਰਾ ਦੇ ਬੱਚੇ ਕੁੜੀਆਂ ਮੁੰਡੇ ਰਾਤ ਨੂੰ 9 ਵੱਜ ਜਾਂਦੇ ਸੀ ਅਤੇ ਮੈਂ ਇਹਨੂੰ ਕਹਿਣਾ ਪੈਂਦਾ ਸੀ ਮੈਂ ਕੱਲ੍ਹ ਨੂੰ ਆ ਜਾਇਓ ਅਤੇ ਫਿਰ ਉਹਨਾਂ ਨੇ 2 ਦਿਨ ਤੋਂ ਬਾਅਦ ਮੈਂ ਕਿਹਾ ਵੀ ਨਹੀਂ 1 ਦਿਨ ਹੋਰ ਲਾਓ ਤੁਸੀਂ ਓਕੇ ਸੋਕੇ ਮੈਂ 3ਜੇ ਦਿਨ ਵੀ ਲਾਈ
ਤੀਜੇ ਦਿਨ ਵੀ ਉਹਨਾਂ ਉਹਨਾਂ ਹੀ ਰਸ਼ ਰਿਹਾ ਅਤੇ ਸਾਰੇ ਉਹ ਕਹਿੰਦੇ ਸੀ ਵੀ ਸ਼ਹਿਰ 'ਚ ਗੱਲ ਹੁੰਦੀ ਹੈ ਤਾਂ ਕਹਿੰਦੇ ਨੇ ਵੀ ਉਹ ਜ਼ਰੂਰ ਦੇਖ ਕੇ ਜਾਓ ਜਿਹਨੇ ਉੱਥੇ ਜਾਣਾ ਮਿਲੇ ਜੀ। ਇਸ ਪ੍ਰਦਰਸ਼ਨੀ 'ਚ ਤੁਹਾਨੂੰ ਕੀ ਦੇਖਣ ਨੂੰ ਮਿਲਦਾ ਕਿ ਜਿਹੜਾ ਯੂਥ ਹੈ ਉਹ ਕਿੰਨਾ ਤਸਵੀਰਾਂ ਜਾਂ ਕਿੰਨੇ ਸਕੈਚ ਨੇ ਜਿਹੜੇ ਉਹ ਪੁਰਾਣਿਆਂ ਨੂੰ ਨਵਿਆਂ ਨੂੰ ਜਾਂ ਕਿਹੜੀ ਹਸਤੀਆਂ ਨੂੰ ਵੱਧ ਪਿਆਰ ਨਾਲ ਦੇਖਦੇ ਸੀ? ਇਹ ਗੱਲ ਹੈ ਜੀ, ਮੈਨੂੰ ਬਹੁਤ ਜਾਂ ਮੇਰੇ ਵਰਗੇ ਏਜ ਦੇ ਬੰਦੇ ਜਿਹੜੇ ਕਹਿੰਦੇ ਨੇ ਉਹ ਵੀ ਤੁਸੀਂ ਫਿਲਮਾਂ ਦੇ ਸਟਾਰਸ ਦੀਆਂ ਕੋਈ ਬਣਾਉਂਦੇ ਹੋ ਵੀ ਤੁਸੀਂ ਕਿਹੜੇ ਕਿਹੜੇ ਸਟਾਰ ਦੀਆਂ ਤੁਸੀਂ ਬਣਾਈਆਂ? ਮੈਂ ਤਾਂ ਦੇਖੋ ਜੀ, ਮੈਂ ਤਾਂ ਪ੍ਰਿਥਵੀਰਾਜ ਕਪੂਰ ਤੋਂ ਲੈ ਕੇ ਇਮਰਾਨ ਹਾਸ਼ਮੀ ਵਗੈਰਾ ਜਿਹੜੇ ਹੁੰਦੇ ਨੇ ਜਿਹੜੇ ਸਾਰਿਆਂ ਦੀ ਮੇਰੇ ਕੋਲ ਤਸਵੀਰ ਹੈ, ਇਸ ਤਰ੍ਹਾਂ ਹੀ ਐਕਟ੍ਰੈਸ ਵਗੈਰਾ ਦੀਆਂ ਸਾਰੀਆਂ ਮੈਂ ਬਣਾਈਆਂ। ਮਧੂਬਾਲਾ ਇੱਥੇ ਤੱਕ ਜਿਹੜੀ ਮੈਂ ਸਾਰੀਆਂ ਕੀਤੀਆਂ ਨੇ ਹੈ ਜੀ। ਅਤੇ ਮੈਂ ਦੇਖਿਆ, ਮੈਂ ਪ੍ਰਦਰਸ਼ਨੀਆਂ ਲਾਈਆਂ, ਉੱਥੇ ਯੂਥ ਆਈ ਹੈ, ਆਮ ਲੋਕ ਥੋੜ੍ਹੇ ਜਿਹੇ ਬੰਦੇ ਪ੍ਰੋਮਿਨੈਂਟ ਬੰਦੇ ਹੁੰਦੇ ਨਹੀਂ, ਮੈਂ ਵੀ ਦੇਖਿਆ ਬਹੁਤ ਚੰਗੇ ਪੜ੍ਹੇ ਲਿਖੇ ਬੰਦੇ ਹੈ। ਅਤੇ ਉਹਨਾਂ ਨੂੰ ਉਹ ਮੈਂ ਪੁੱਛਿਆ ਵੀ ਤੁਸੀਂ ਤੁਹਾਨੂੰ ਕਿਵੇਂ ਲੱਗੀ? ਕਹਿੰਦੇ ਮੈਂ ਤਾਂ ਸਾਰੀ ਪ੍ਰਦਰਸ਼ਨੀ 'ਚ ਕਹਿੰਦੇ ਸਿਰਫ ਅਮਿਤਾਭ ਬੱਚਨ ਨੂੰ ਪਛਾਣਦੇ, ਚੰਗੀ ਪੋਸਟ 'ਤੇ ਲੱਗੇ ਹੈ ਜੀ। ਅਤੇ ਉਹਨਾਂ ਨੇ ਉਹ ਨਹੀਂ ਜਾਂ ਫਿਲਮ ਸਟਾਰਜ਼ ਨੂੰ ਜਿੰਨੇ ਵੀ ਸਾਡੀ ਯੂਥ ਹੈ ਉਹ ਸਾਰੇ ਫਿਲਮ ਸਟਾਰ ਵੀ ਦੇ ਕੋਈ ਸ਼ਾਇਦ ਮੈਂ ਪੁੱਛਿਆ ਵੀ ਕਈ ਬੱਚਿਆਂ ਨੂੰ ਪੁੱਛਿਆ ਜਿਵੇਂ ਆਪਾਂ ਟੈਸਟ ਲੈਂਦੇ ਹਾਂ ਵੀ ਦੱਸੋ ਇਹ ਤੁਸੀਂ ਇਹਨੂੰ ਪਛਾਣਦੇ ਹੋ? ਠੀਕ ਹੈ, ਸ਼ਿਵ ਨੂੰ ਜਾਣਦੇ ਨੇ ਸਾਰੇ ਬੱਚੇ, ਜਾਣਦੇ ਕਾਲਜ ਵਗੈਰਾ ਦੇ, ਨਹੀਂ ਤਾਂ ਬਹੁਤ ਘੱਟ ਲੋਕਾਂ ਅਟੈਂਡ ਨਹੀਂ, ਬਸ ਇੱਧਰ ਜ਼ਿਆਦਾ ਹੈਗਾ, ਬੱਚੇ ਬਹੁਤ ਖੁਸ਼ ਹੁੰਦੇ ਨੇ। ਮੈਂ ਇੱਥੇ ਬਠਿੰਡੇ ਦੀ ਗੱਲ ਕਰਦਾ, ਉੱਥੇ ਕੁੜੀਆਂ ਮੇਰੇ ਕੋਲ ਇਕੱਠੀਆਂ, ਕਹਿੰਦੇ ਤੁਸੀਂ ਬਹੁਤ ਵਧੀਆ ਕੀਤਾ ਵੀ ਤੁਸੀਂ ਸਿਰਫ ਓਲਡ ਵਾਲਿਆਂ ਦਾ ਹੀ ਖਿਆਲ ਰੱਖਿਆ, ਸਾਡਾ ਵੀ ਖਿਆਲ ਰੱਖਿਆ, ਸਾਡੇ ਮੁਤਾਬਿਕ ਤੁਸੀਂ ਫਿਲਮਾਂ ਦੀਆਂ ਫੋਟੋਆਂ ਬਣਾਈਆਂ ਨੇ ਅਤੇ ਸਾਨੂੰ ਬੜਾ ਚੰਗਾ ਲੱਗਿਆ। ਅਤੇ ਮੇਰੀ ਉਹ ਕਮੈਂਟਸ ਦੀ ਡੈਰੀ ਹੈ, ਉਹਦੇ 'ਚ ਇੰਨੇ ਅੱਛੇ ਕਮੈਂਟਸ ਲਿਖੇ ਹੋਏ ਨੇ ਬੱਚਿਆਂ ਨੇ ਅਤੇ ਮੈਂ ਪੜ੍ਹ ਕੇ ਉਹਦੇ ਨਾਲ ਮੇਰਾ ਟਾਈਮ ਲੰਘਿਆ ਤਾਂ ਬੜਾ ਚੰਗਾ ਲੱਗਦਾ। ਸਾਹਿਤਕਾਰਾਂ ਦਾ ਤੁਸੀਂ ਜ਼ਿਕਰ ਕੀਤਾ ਆ ਅਤੇ ਅਸੀਂ ਜਾਣਨਾ ਚਾਹਾਂਗੇ ਸਾਡੇ ਦਰਸ਼ਕਾਂ ਲਈ ਕਿ ਕਿਹੜੇ ਕਿਹੜੇ ਸਾਹਿਤਕਾਰ ਦੇ ਤੁਸੀਂ ਸਕੈਚ ਨੇ ਜਿਹੜੇ ਇਸ ਵੇਲੇ ਬਣਾਏ? ਮੈਂ ਭਾਈ ਵੀਰ ਸਿੰਘ ਜੀ ਹੈ ਜੀ, ਗੁਰਬਖਸ਼ ਸਿੰਘ ਪ੍ਰੀਤਲੜੀ, ਪ੍ਰੋਫੈਸਰ ਮੋਹਨ ਸਿੰਘ, ਜਸਵੰਤ ਸਿੰਘ ਕਮਲ, ਸੁਰਜੀਤ ਪਾਤਰ, ਆਪਣੇ ਨਾਨਕ ਸਿੰਘ ਨਾਵਲਕਾਰ ਜੀ, ਸਮੇਂ 10-12 ਸੰਤ ਸਿੰਘ ਸਿੱਖੋ, ਇਹ ਮੈਂ ਬਣਾਏ ਹੋਏ ਨੇ ਜੀ। ਜੀ ਜੀ, ਹਰ ਇੱਕ ਵਿਅਕਤੀ ਦੇ ਜੀਵਨ ਵਿੱਚ ਸਿੱਖਿਆ ਦਾ ਇੱਕ ਵਿਸ਼ੇਸ਼ ਯੋਗਦਾਨ ਹੁੰਦਾ ਹੈ ਤੁਹਾਨੂੰ ਬਣਾਉਣ ਦੇ ਵਿੱਚ, ਤੁਹਾਨੂੰ ਦੁਨੀਆਦਾਰੀ ਨੂੰ ਸਮਝਾਉਣ ਦੇ ਵਿੱਚ, ਅਤੇ ਉਸ ਤੋਂ ਅਗਲੀ ਜਿਹੜਾ ਪੜਾਅ ਪਰਿਵਾਰ ਦਾ ਆ ਜਾਂਦਾ ਹੈ ਜਿੱਥੋਂ ਪਰਿਵਾਰ ਮੁੱਢਲੀ ਸਿੱਖਿਆ ਜਿਹੜੀ ਬੱਚੇ ਨੂੰ ਉਹ ਦਿੰਦਾ ਹੈ। ਅਸੀਂ ਜਾਣਨਾ ਚਾਹਾਂਗੇ ਤੁਹਾਡਾ ਉਸ ਵੇਲੇ ਦਾ ਪਰਿਵਾਰਕ ਮਾਹੌਲ ਕੀ ਸੀ, ਕੌਣ ਕੌਣ ਸ਼ਾਮਿਲ ਸੀ, ਅਤੇ ਅੱਜ ਜਿਸ ਪਰਿਵਾਰ 'ਚ ਤੁਸੀਂ ਇਸ ਵੇਲੇ ਰਹਿ ਰਹੇ ਹੋ ਅਤੇ ਉੱਥੋਂ ਦਾ ਮਾਹੌਲ ਕੀ ਹੈ, ਕੌਣ ਕੌਣ ਨੇ, ਕੀ ਕੋਈ ਕਲਾਕਾਰ ਹੁਣ ਵੀ ਤੁਹਾਡੇ ਵਾਂਗ ਇਸ ਤਰ੍ਹਾਂ ਦੀ ਕਲਾ ਦੇ ਨਾਲ ਜੁੜਿਆ ਹੋਇਆ ਜਾਂ ਕੋਈ ਹੋਰ ਕਲਾ ਦੇ ਅੰਸ਼ ਉਹਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ? ਮੇਰੇ 3 ਬੱਚੇ ਨੇ, ਮੇਰੀ ਐਮ ਐਸ ਸੀ ਟੀਚਰ ਰਿਟਾਇਰ ਹੋਏ ਨੇ, ਮੇਰੀ ਏਜ ਦੇ ਨੇ ਉਹ ਵੀ, ਅਤੇ ਸਾਰਿਆਂ ਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਕੁਛ ਬਣਾਉਂਦਾ ਅਤੇ ਸਾਰੇ ਮੇਰੇ ਨਾਲ ਨੇ ਜੀ ਜੀ। ਅਤੇ ਛੋਟਾ ਬੇਟਾ ਮੇਰਾ ਬਿੰਨੂ ਢਿੱਲੋਂ ਹੈ ਜੀ, ਫਿਲਮਾਂ ਦੇ ਵਿੱਚ ਜਿਹੜੇ ਕਿ ਅਦਾਕਾਰ ਨੇ, ਇਹ ਮੇਰੀ ਖੁਆਇਸ਼ ਸੀਗੀ ਸੀ ਮੈਨੂੰ ਇਹਦੇ ਨਾਲ ਮੈਨੂੰ ਤਸੱਲੀ ਹੋਈ ਵੀ ਚਲੋ ਇੱਕ ਤਾਂ ਬੰਦਾ ਫਿਲਮ, ਕਿਉਂਕਿ ਮੈਂ ਫਿਲਮਾਂ ਨਾਲ ਜੁੜਿਆ ਰਿਹਾ ਜੀ, ਅਤੇ ਮੈਨੂੂੰ ਬੜਾ ਚੰਗਾ ਲੱਗਿਆ ਵੀ ਫਿਲਮਾਂ ਦੇ ਵਿੱਚ ਆਇਆ। ਅਤੇ ਮੈਂ ਤੁਹਾਡੀਆਂ ਇਹਨਾਂ ਗੱਲਾਂ 'ਚੋਂ ਦੋ ਗੱਲਾਂ ਜ਼ਰੂਰ ਝਲਕਦੀਆਂ ਨੇ ਕਿ ਇੱਕ ਤਾਂ ਜਿਹੜੇ ਤੁਹਾਡੇ ਸ਼ੌਕ ਅਧੂਰੇ ਰਹਿ ਜਾਂਦੇ ਨੇ ਤੁਸੀਂ ਆਪਣੀ ਅਗਲੀ ਜਿਹੜੀ ਪੀੜ੍ਹੀ ਆ ਉਸ ਰਾਹੀਂ ਪੂਰ ਸਕਦੇ ਹੋ, ਜਿਵੇਂ ਕਿ ਤੁਹਾਡੇ ਜਿਹੜੇ ਸੁਪਨੇ ਸੀ ਫਿਲਮੀ ਦੁਨੀਆਂ 'ਚ ਜਾਣਦੇ ਹੋ, ਤੁਹਾਡੇ ਸਪੁੱਤਰ ਜਿਹੜੇ ਬਿੰਨੂ ਢਿੱਲੋਂ ਜਿਹੜੇ ਕਿ ਫਿਲਮੀ ਅਦਾਕਾਰ ਨੇ ਉਹ ਤੁਹਾਡੀ ਇਸ ਵੇਲੇ ਖਾਹਿਸ਼ ਪੂਰੀ ਕਰ ਰਹੇ ਨੇ ਅਤੇ ਬਹੁਤ ਚੰਗੀ ਜਿਹੜੀ ਆ ਫਿਲਮਾਂ ਦੇ ਵਿੱਚ ਆਪਣੀ ਪਛਾਣ ਬਣਾ ਚੁੱਕੇ ਨੇ। ਦੂਜੀ ਗੱਲ ਇਹ ਕਿ ਬੱਚੇ ਦੀ ਛੋਟੀ ਉਮਰੇ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਉਹਨਾਂ ਤੋਂ ਉਹਨਾਂ ਦੀ ਜਿਹੜੀ ਮਨੋਵਿਗਿਆਨਿਕ ਸਥਿਤੀ ਆ ਉਹ ਝਲਕਦੀ ਹੁੰਦੀ ਹੈ, ਜਿਸ ਤਰ੍ਹਾਂ ਤੁਸੀਂ ਫੋਟੋ ਦਾ ਜ਼ਿਕਰ ਕੀਤਾ ਹੈ ਕਿ ਤੁਸੀਂ ਵਾਰ ਵਾਰ ਫੋਟੋ ਲਾ ਰਹੇ ਸੀ। ਸੋ ਅੱਜ ਕੱਲ੍ਹ ਜਿਹੜੇ ਪੇਰੈਂਟਸ ਖਾਸ ਤੌਰ 'ਤੇ ਇਸ ਪ੍ਰੋਗਰਾਮ ਦੇ ਨਾਲ ਜੁੜ ਰਹੇ ਨੇ, ਤੁਹਾਡੀ ਇੰਟਰਵਿਊ ਦੇਖ ਰਹੇ ਨੇ, ਉਹਨੂੰ ਇੱਕ ਸੇਧ ਮਿਲਦੀ ਹੈ ਕਿ ਆਪਣੇ ਬੱਚੇ ਜਿਹੜੀਆਂ ਐਕਟੀਵਿਟੀਜ਼ ਨੂੰ ਦੇਖਣ ਅਤੇ ਉਹਨਾਂ ਦੀ ਰੁਚੀ ਨੂੰ ਪਛਾਣਨ ਅਤੇ ਤਾਂ ਹੀ ਉਹਨਾਂ ਦੀ ਕੋਈ ਲਾਈਨ ਹੈ ਜਿਹੜੀ ਉਹ ਕਲੀਅਰ ਹੋ ਸਕੇ। ਮੈਂ ਇਹੀ ਬੱਚਾ ਜਿਸ ਤਰ੍ਹਾਂ ਜਿੱਧਰ ਜਾਣਾ ਚਾਹੁੰਦਾ, ਬੱਚੇ ਦੀ ਖੁਆਇਸ਼ ਹੋ ਉਹਦੇ ਮੁਤਾਬਕ ਚਲਿਆ ਜਾਵੇ ਤਾਂ ਬੱਚੇ ਚੰਗੀ ਲਾਈਨ 'ਤੇ ਜਾਏ, ਪਰ ਅੱਜ ਕੱਲ੍ਹ ਪੇਰੈਂਟਸ ਦਾ ਇਹ ਹੈ ਮੈਂ ਦੇਖਿਆ ਕਿ ਉਹ ਬੱਚੇ ਨੂੰ